ਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਆਪਣੇ ਜਟਾਣਾ ਫਾਰਮਰ ਯੂਟਿਊਬ ਚੈਨਲ 'ਤੇ। ਲਓ ਵੀ ਦੋਸਤੋ, ਅੱਜ ਦੀ ਮੰਡੀ ਆਪਾਂ ਰਾਮਪੁਰਾ ਪਸ਼ੂ ਮੰਡੀ ਕਵਰ ਕਰਦੇ ਹਾਂ, ਜਿਹੜੀ ਕਿ ਮਹੀਨੇ 'ਚ ਇੱਕ ਵਾਰੀ ਲੱਗਦੀ ਹੈ 1 ਤਰੀਕ ਨੂੰ। ਅਤੇ ਅੱਜ ਮੰਡੀ ਲੱਗੀ ਆ ਰਾਮਪੁਰੇ ਦੀ, ਮੀਂਹ ਤਾਂ ਥੋੜ੍ਹਾ ਜਿਹਾ ਵੱਧ ਪੈ ਗਿਆ ਅੱਜ, ਅਤੇ ਊਂ ਵੈਸੇ ਮੰਡੀ ਲੱਗੀ ਹੈਗੀ। ਵੀਡੀਓ ਸਟਾਰਟ ਕਰ ਰਹੇ ਹਾਂ ਆਪਾਂ, ਦਿਖਾਉਂਦੇ ਹਾਂ ਤੁਹਾਨੂੰ ਫਿਰ ਪਸ਼ੂਆਂ ਦੀ ਕੁਝ ਕੁ ਜਾਣਕਾਰੀ ਲੈ ਕੇ ਦੇਵਾਂਗੇ। ਅਤੇ ਬਾਕੀ ਮੰਡੀ ਥੋੜ੍ਹੀ ਭਰਤ ਆ ਗਈ, ਬਾਕੀ ਗਾਹਕ ਘੱਟ ਪਹੁੰਚਿਆ ਗਾ। ਅਤੇ ਬਾਕੀ ਰਿਹਾ ਜੇ ਮੰਡੀਆਂ ਜਿਹੜੀਆਂ ਦੂਰੀ ਵਾਰ ਲੱਗਣੀਆਂ ਸਟਾਰਟ ਹੋਈਆਂ, ਹੈ ਨਾ, ਪਹਿਲੀ ਮੰਡੀ ਹੈ ਇਹ ਲੱਗਣ ਤੋਂ ਬਾਅਦ, ਬੰਦ ਹੋਣ ਤੋਂ ਬਾਅਦ। ਅਤੇ ਆ ਜਾਓ ਫਿਰ, ਬਣੇ ਰਹੋ ਲਾਸਟ ਤੱਕ। ਜਿਹੜੇ ਭਰਾ ਚੈਨਲ 'ਤੇ ਪਹਿਲੀ ਵਾਰੀ ਆਇਆ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਅਤੇ ਆ ਜਾਓ ਫਿਰ ਆਪਾਂ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ। ਆ ਜਾਓ ਇਹ ਵੀ ਦੋਸਤੋ, ਤੁਹਾਨੂੰ ਇੱਕ ਆਪਾਂ ਪਹਿਲਾਂ ਦੋ ਦੰਦ ਝੋਟੀ ਤੋੜ ਕੇ ਦਿਖਾਉਣੇ ਆ। ਸ਼ਿੰਗਾਰ ਸ਼ੰਗੂਰ ਪੂਰਾ ਲਾਇਆ ਹੋਇਆ ਬਾਈਆਂ ਨੇ, ਬਾਕੀ ਦੇ ਤੁਸੀਂ ਤੁਰਦੇ ਹੋ ਚੈੱਕ ਕਰ ਲਿਓ। ਬੋਡੀ ਬਣਤਰ ਦੀ, ਬੋਡੀ ਸਟੇਚਰ ਦੀ ਬਹੁਤ ਸੋਹਣੀ ਝੋਟੀ ਹੈਗੀ, ਬਾ ਕਮਾਲ ਝੋਟੀ ਹੈਗੀ। ਬਾਕੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ। ਦੇਖੋ ਤੁਸੀਂ, ਨਾ ਸਿੰਗਾ ਸੁੰਗਾ ਦੀਆਂ ਕੁੰਡੀ ਆ, ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ ਝੋਟੀ ਦੀ। ਬਾਕੀ ਆਪਾਂ ਤੁਹਾਨੂੰ ਸਾਰੀ ਡਿਟੇਲ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ ਬਾਈ, ਕਿੰਨਾ ਦੁੱਧ ਆਉਣਾ, ਸਾਰੀ ਗੱਲਬਾਤ ਬਾਈ ਨਾਲ ਕਰਾਂਗੇ। ਸ਼ਿੰਗਾਰ ਸ਼ੰਗੂਰ ਕਹਿੰਦੇ ਪੂਰੀ ਟੌਪ ਦੀ ਝੋਟੀ ਹੈਗੀ, ਦੇਖ ਸਕਦੇ ਤੁਸੀਂ ਇੱਧਰੋਂ ਸਾਈਡ ਤੋਂ, ਤੁਹਾਨੂੰ ਦਿਖਾ ਦਿੰਦੇ ਆਪਾਂ ਤੁਰਦੀ ਨੂੰ। ਫੇਸ ਕੁਆਲਿਟੀ ਦੇ ਸਿੰਗਾਂ 'ਚ ਤੁਸੀਂ ਚੈੱਕ ਕਰ ਸਕਦੇ ਹੋ, ਬਾਕੀ ਰੇ ਬੋਡੀ ਬੰਦ ਦੇਖ ਸਕਦੇ ਹੋ ਨਾ, ਬਹੁਤ ਸੋਹਣੀ ਝੋਟੀ ਹੈਗੀ। ਥਣ ਹਵਾਨਾ ਵੀ ਬਹੁਤ ਸੋਹਣਾ ਲੱਗਿਆ ਹੋਇਆ, ਐਂ ਚਾਰੇ ਥਣ ਇੱਕੋ ਜਿਹਾ ਲੱਗਿਆ, ਮੂੰਹੋਂ ਦੋ ਦੰਦਾ ਬਾਈ ਦੇ ਦੱਸਣ ਤੱਕ ਪਹਿਲਾਂ ਸੂਏ ਆ। ਅਤੇ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ, ਅਤੇ ਡਿਟੇਲ 'ਚ ਸਾਰੀ ਗੱਲਬਾਤ ਬਾਈ ਨੂੰ ਪੁੱਛ ਕੇ ਦੱਸਾਂ ਵੀ ਕੀ ਮਾਲ ਮੁੱਲ ਕਰਦਾ, ਕਿੰਨਾ ਦਿੰਦਾ, ਹੈ ਨਾ, ਦੇ ਸਕਦੇ ਤੁਸੀਂ, ਬਹੁਤ ਸੋਹਣੀ ਝੋਟੀ ਹੈਗੀ। ਅਤੇ ਆ ਜਾਓ ਫਿਰ ਬਾਈ ਨਾਲ ਕਰਦੇ ਹਾਂ ਗੱਲਬਾਤ, ਅਤੇ ਤੁਹਾਨੂੰ ਡਿਟੇਲ ਲੈ ਕੇ ਦਿੰਦੇ ਸਾਰੀ ਆਪਾਂ। ਆ ਜਾਓ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਆਪਣਾ? ਜੱਗਾ ਜੀ। ਜੱਗਾ ਪਿੰਡ ਕਿਹੜਾ ਬਾਈ? ਗੋਬਿੰਦਪੁਰਾ ਜੀ, ਜ਼ਿਲ੍ਹਾ ਬਠਿੰਡਾ ਜੀ। ਗੋਬਿੰਦਪੁਰਾ, ਜ਼ਿਲ੍ਹਾ ਬਠਿੰਡਾ। ਹਾਂਜੀ, ਠੀਕ ਆ ਬਾਈ। ਕਾਏ ਪਸ਼ੂ ਲੈ ਕੇ ਆ ਅੱਜ ਮੰਡੀ 'ਤੇ? ਚਾਰ ਲੈ ਕੇ ਆਏ। ਚਾਰ ਲੈ ਕੇ ਆਏ ਜਿਹੜੇ ਆਹ ਖੜੇ ਆਪਣੇ? ਠੀਕ ਆ, ਇੱਧਰ ਆਹ ਵੀ ਆਪਣੀ ਹੈ? ਠੀਕ ਆ। ਲੈ ਵੀ ਬਾਈ, ਚਾਰ ਪਸ਼ੂ ਲੈ ਕੇ ਆਏਗਾ। ਅਤੇ ਬਾਕੀ ਜਿਹੜੀ ਬਾਈ ਆਪਾਂ ਇਹ ਝੋਟੀ ਤੋਰੀ ਹੈਗੀ, ਪਹਿਲਾਂ ਸੂਆ ਦੋ ਦੰਦਾ, ਠੀਕ ਆ। ਕਿੰਨੇ ਦੁੱਧ ਦੀ ਕੰਪੈਸਟੀ ਆ ਬਾਈ? 12 ਕਿਲੋ 12 ਕਿਲੋ। ਕਹਿ ਕੇ ਦਿਨ ਹੋ ਗਏ ਸੂਈ ਨੂੰ? 10 ਦਿਨ। ਅਤੇ ਬੱਚਾ ਕੀ ਹੈ? ਮਗਰ ਮਗਰ ਕੱਟੀ ਹੈਗੀ, ਠੀਕ ਆ। 11-12 ਕਿਲੋ ਦੁੱਧ, ਠੀਕ ਆ। ਉਮੀਦ ਹੈਗੀ ਆ ਬਾਈ ਹੋਰ ਵਧੂਗੀ? 13 ਕਿਲੋ, ਠੀਕ ਆ ਠੀਕ ਆ। ਅਤੇ ਬਾਕੀ ਬਾਈ ਮੁੱਲ ਦੀ ਗੱਲ ਕਰੀਏ, ਕੀ ਰੇਟ ਕਰਤਾ ਇਹਦਾ? 1,20,000 ਲੈਣ ਦੇਣਾ, 10 ਦੀ। 1,10 ਦੀ, ਬਾਕੀ ਫੋਨ 'ਤੇ ਗੱਲਬਾਤ ਹੋ ਜਾਣਾ। ਨੰਬਰ ਬੋਲ ਦਿਓ ਇੱਕ ਵਾਰੀ ਆਪਣਾ। 76967 54 557 5557। ਲੈ ਵੀ ਬਾਈ ਦਾ, ਜੱਗੇ ਦਾ ਇਹ ਨੰਬਰ ਆ ਗਿਆ। ਵਪਾਰ ਦਾ ਕੰਮ ਆ ਬਾਈ ਆਪਣਾ? ਘਰੇ ਕਿੰਨੇ ਕੁ ਪਸ਼ੂ ਹੁੰਦੇ ਆਪਣੇ ਕੋਲ? ਸਾਰੀਆਂ 10 ਕੁ ਰੱਖ ਦਿਓਗੇ, ਠੀਕ ਆ। ਅਤੇ ਬਾਈ ਹੋਰ ਕਿਹੜੇ ਮੱਝ ਹੈਗੀ ਆਪਣੇ ਕੋਲ ਚੰਗੀ ਜਿਹੜੀ? ਆਹ ਇੱਧਰ ਖੜੀ ਆ, ਲੈ ਧੋਰੀ ਬਾਈ ਇਹਨੂੰ ਵੀ। ਇੱਕ ਬਾਈਆਂ ਕੋਲ ਆਹ ਮੱਝ ਆ ਬਾਈ ਜੱਗੇ ਕੋਲ, ਅਤੇ ਪਿੰਡ ਆ ਗੋਬਿੰਦਪੁਰਾ, ਜ਼ਿਲ੍ਹਾ ਰਹਿ ਜਾਂਦਾ ਗਾ ਬਠਿੰਡਾ, ਬਠਿੰਡੇ ਦੇ ਨਾਲ ਹੀ ਰਹਿ ਜਾਂਦਾ ਪਿੰਡ। ਅਤੇ ਬਾਕੀ ਰਿਹਾ ਤੁਹਾਨੂੰ ਦੂਜੇ ਨੰਬਰ ਆਈ ਝੋਟੀ ਤੋਰ ਕੇ ਦਿਖਾਉਣੇ, ਅਤੇ ਇਹਦੀ ਵੀ ਬਾਈ ਤੋਂ ਆਪਾਂ ਡਿਟੇਲ ਤੁਹਾਨੂੰ ਸਾਰੀ ਲੈ ਕੇ ਦੇਵਾਂਗੇ। ਬੋਡੀ ਬੰਤਾ ਦੀ ਤੁਸੀਂ ਇਹ ਮੱਝ ਵੀ ਦੇ ਸਕਦੇ ਹੋ ਨਾ, ਬਹੁਤ ਸੋਹਣੀ ਹੈਗੀ। ਅਤੇ ਬਾਕੀ ਡਿਟੇਲ 'ਚ ਤੁਹਾਨੂੰ ਸਾਰੀ ਬਾਈ ਤੋਂ ਕਨਫਰਮ ਕਰਾਂਗੇ ਵੀ ਕੀ ਮਾਲ ਮੁੱਲ ਕਰਦਾ ਇਹਦਾ, ਕਿੰਨਾ ਦੁੱਧ ਆ, ਕਿਵੇਂ ਸੂਈ ਸੂਈ ਹੈ, ਸਾਰੀ ਡਿਟੇਲ ਲੈ ਕੇ ਦੇਵਾਂਗੇ। ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਾਈ ਵਪਾਰ ਦਾ ਕੰਮ ਕਰਦਾ, ਹੋਰ ਵੀ ਬਾਈ ਕੋਲ ਪਸ਼ੂ ਜਿਹੜੇ ਘਰੇ ਹੁੰਦੇ ਹੈਗੇ, ਤਾਂ ਤੁਸੀਂ ਘਰੋਂ ਜਾ ਕੇ ਤਸੱਲੀ ਕਰਕੇ ਵੀ ਜਿਹੜੇ ਪਸ਼ੂ ਖਰੀਦ ਸਕਦੇ ਹੋ। ਪੁੱਛਦੇ ਮੁੱਦੇ ਬਾਈ ਆ ਜਾ ਬਾਈ, ਜੱਗੇ ਇਹਦੀ ਗੱਲ ਕਰੀਏ, ਆਹ ਮੱਝ ਕਿਵੇਂ ਸੂਏ ਆ? ਇਹ ਤੀਜੇ ਸੂਏ ਸੂਈ ਆ ਜੀ, ਠੀਕ ਕੱਟੀ ਹੈ, ਇਹਦੇ ਦੁੱਧ 15-16 ਕਿਲੋ ਦੇ ਦਿੰਦੇ ਜੀ, ਠੀਕ ਆ ਆਪਣੀ, ਠੀਕ ਆ। ਹੁਣ ਕਹਿ ਕੇ ਦਿਨ ਹੋ ਗਏ ਬਾਈ ਸੂਈ? 4 ਦਿਨ ਹੋ ਗਏ। 4 ਦਿਨ ਹੋ ਗਏ, ਠੀਕ ਆ। ਮਤਲਬ 15-16 ਕਿਲੋ ਦੀ ਕੰਪੈਸਟੀ ਹੈਗੀ ਆ ਮੱਝ ਦੀ, ਠੀਕ ਆ। 10 ਕਿਲੋ ਬੋਲਾ ਜੀ? 10 ਕਿਲੋ, ਠੀਕ ਆ। ਲੈ ਵੀ ਬਾਈ ਕਹਿੰਦਾ 10 ਕਿਲੋ ਬੋਲਾ ਗਾ, ਬਾਕੀ ਇਹ ਤਸੱਲੀ ਕਰਕੇ ਬਾਈ ਤੋਂ ਘਰੋਂ ਲਿਆ ਸਕਦੇ। ਪਿੰਡ ਬਾਈ ਗੋਬਿੰਦਗੜ੍ਹ, ਗੋਬਿੰਦਪੁਰਾ, ਬਠਿੰਡੇ ਦੇ ਨਾਲ ਹੀ ਰਹਿ ਜਾਂਦਾ, ਹੈ ਨਾ, ਜਿੱਥੇ ਝਿੜੀ ਆ ਗਈ, ਠੀਕ ਆ, ਬਾਬੇ ਦੀ ਝਿੜੀ ਆ ਗਈ ਉੱਥੇ, ਠੀਕ ਆ।
ਲੈ ਵੀ ਜੇ ਇਹਦਾ ਭਾਈ ਰੇਟ ਦੀ ਗੱਲ ਕਰੀਏ ਤਾਂ ਰੇਟ ਕਿੰਨਾ ਕਰਨਾ? ਠੀਕ ਆ, ਇੱਕ 20 ਦੀ, ਬਾਕੀ ਫੋਨ ਤੇ ਗੱਲਬਾਤ ਹੋ ਜਾ। ਨੰਬਰ ਇੱਕ ਵਾਰੀ ਹੋਰ ਬੋਲ ਦਿਓ। 7967 54 55। ਠੀਕ ਆ, ਲੈ ਵੀ ਬਾਈ ਦਾ ਜੱਗੇ ਦਾ ਇਹ ਨੰਬਰ ਹੈਗਾ, ਵਪਾਰ ਦਾ ਕੰਮ ਆ, ਤਾਂ ਤੁਸੀਂ ਬਾਈ ਨਾਲ ਸੰਪਰਕ ਕਰੇ, ਜਿਹੜੇ ਚੰਗੇ ਚੰਗੇ ਪ੍ਰੂਫਸ ਪਸ਼ੂ ਖਰੀਦ ਸਕਦੇ ਦੇ ਸਕਦੇ ਤੁਸੀਂ, ਹੈ ਨਾ। ਬਹੁਤ ਸੋਹਣੀ ਹੈ, 1500 ਕਿਲੋ ਦੀ ਕਮੈਸਟੀ ਵਾਲੀ ਮੱਝ ਆ ਗਈ ਬਾਈ ਕਹਿੰਦਾ। ਬਾਕੀ ਇਹਦੇ ਬੋਡੀ ਬਣਤਾ ਦੇ ਹਿਸਾਬ ਨਾਲ ਮੱਝ ਨੇ ਦੁੱਧ ਦੇਣਾ ਹੁੰਦਾ, ਬੋਡੀ ਬਣਤ ਦੀ ਬਹੁਤ ਵੱਡੀ ਹੈਗੀ। ਬਾਕੀ ਤੁਸੀਂ ਬਾਈ ਜੱਗੇ ਨਾਲ ਸੰਪਰਕ ਕਰਕੇ ਜਿਹੜੀਆਂ ਮੱਝਾਂ ਖਰੀਦ ਸਕਦੇ। ਠੀਕ ਹੈ ਜੀ, ਤੋ ਤੁਹਾਨੂੰ ਇੱਕ ਆਪਾਂ ਘਰ ਦੀ ਮੱਝ ਤੋਰ ਕੇ ਦਿਖਾਉਣਾ, ਡਬਲ ਮੱਝ ਆ ਗਈ। ਪਹਿਲਾਂ ਤੁਸੀਂ ਤੁਰਦੇ ਹੋ ਚੈੱਕ ਕਰ ਲਿਓ, ਬਾਕੀ ਆਪਾਂ ਡਿਟੇਲ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ। ਥਾਣਾ ਹਵਾਨਾ ਜਿਹੜਾ ਮੱਝ ਦਾ ਤੁਸੀਂ ਦੇਖ ਸਕਦੇ ਹੋ ਨਾ, ਬਹੁਤ ਸੋਹਣਾ ਲੱਗਿਆ ਹੋਇਆ ਆਰਡਰ ਕੁਆਲਿਟੀ। ਬਾਕੀ ਇਹ ਬੋਡੀ ਬਾਂਤਰ ਦੀ ਵੀ ਚੰਗੀ ਆ, ਹੈ ਨਾ, ਦੇਖ ਸਕਦੇ ਤੁਸੀਂ, ਬਹੁਤ ਸੋਹਣੀ ਮੱਝ ਹੈਗੀ। ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀ ਕੀ ਮਾਲ ਮੁੱਲ ਕਰਦਾ, ਕਿੰਨਾ ਦੁੱਧ ਪਾਊਗੀ, ਕੀ ਗੱਲਬਾਤ, ਹੈ ਨਾ, ਵੀ ਕਿਵੇਂ ਸੂਈ ਸੂਈ ਆ, ਕੀ ਬੱਚਾ ਮਾਰ, ਸਾਰੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ। ਬੋਡੀ ਬਾਂਤਰ ਤੁਸੀਂ ਦੇਖ ਸਕਦੇ ਹੋ। ਥਾਣਾ ਹਵਾਨਾ ਇੱਧਰੋਂ ਆਪਾਂ ਤੁਹਾਨੂੰ ਕੇਰਾਂ ਚੈੱਕ ਕਰਾਉਂਦੇ ਸਾਈਡ ਤੋਂ, ਥਾਣਾ ਹਵਾਨਾ ਸੋਹਣਾ ਲੱਗਿਆ। ਬਾਕੀ ਆ ਜਾਓ ਬਾਈ ਨਾਲ ਕਰਦੇ ਹਾਂ ਆਪਾਂ ਗੱਲਬਾਤ ਅਤੇ ਡਿਟੇਲ 'ਚ ਸਾਨੂੰ ਸਾਰੀ ਗੱਲਬਾਤ ਬਾਈ ਨੇ ਕਰਾਈ। ਬਾਈ ਸਤਿ ਸ਼੍ਰੀ ਅਕਾਲ। ਬਾਈ ਜੀ ਕੀ ਨਾਮ ਆਪਣਾ? ਆਪਣਾ ਨਾਮ ਜੋਤੀ ਆ ਬਾਈ। ਪਿੰਡ ਕਿਹੜਾ ਬਾਈ ਜੋਤੀ? ਕੋਟਲੀ ਖੁਰਦ ਜੀ। ਕੋਟਲੀ ਖੁਰਦ, ਜ਼ਿਲ੍ਹਾ ਕਿਹੜਾ ਰਹਿੰਦਾ? ਬਠਿੰਡਾ। 8 ਕਿਲੋਮੀਟਰ ਆ ਜੀ। ਠੀਕ ਆ, ਮੌੜ ਮੰਡੀ ਤੋਂ 8 ਕਿਲੋਮੀਟਰ ਆ। ਠੀਕ ਆ ਬਾਈ, ਘਰ ਦੀ ਮੱਝ ਆ ਗਈ ਆਪਣੀ? ਘਰ ਦੀ ਮੱਝ ਆ ਬਾਈ। ਠੀਕ ਆ, ਵਪਾਰ ਦਾ ਕੰਮ ਤਾਂ ਨਹੀਂ? ਨਾ ਨਾ, ਵਪਾਰ ਦਾ ਨਹੀਂ। ਠੀਕ ਆ, ਘਰ ਦੀ ਆ। ਕਿਵੇਂ ਸੂਏ ਸੂਈ ਆ ਬਾਈ? ਚੌਥੇ ਸੂਏ ਸੂਈ ਆ ਬਾਈ। ਚੌਥੇ ਸੂਏ ਆ, ਠੀਕ ਆ ਬਾਈ। ਦੁੱਧ ਦੀ ਗੱਲ ਕਰੀਏ, ਦੁੱਧ ਕਿੰਨਾ ਹੈ ਕੰਬੈਸਟੀ ਇਹਦੇ ਤੀਜੇ ਸੂਏ? ਇਹ ਬਾਈ ਇਸ ਟਾਈਮ ਹੁਣ 12 ਕਿਲੋ ਤਿਆਰ ਆ, 17 ਕਿਲੋ ਦੁੱਧ ਕੱਢਿਆ ਹੋਇਆ। 17 ਕਿਲੋ ਤੀਜੇ ਸੂਏ ਕੱਢਿਆ ਹੋਇਆ? ਹਾਂ, ਕੱਢਿਆ ਹੋਇਆ। ਕਾਹ ਕਿਹਦੇ ਨੂੰ ਹੋ ਗਏ ਸੂਈ ਨੂੰ ਦੱਸਿਆ? ਸੂਈ ਨੂੰ ਅੱਜ 11 ਦਿਨ ਹੋ ਗਏ। 11 ਦਿਨ ਹੋ ਗਏ। ਬੱਚਾ ਕੀ ਹੈ ਮਗਰ? ਕੱਟੀ ਆ ਬਾਈ। ਮਗਰ ਕੱਟੀ ਆ? ਠੀਕ ਆ। ਇਹ ਟੀਕੇ ਚੰਗੇ ਟੀਕੇ ਦੀ ਹੈਗੀ? ਚੰਗੇ ਟੀਕੇ ਦੀ ਆ। ਠੀਕ ਆ, ਠੀਕ ਆ। ਲੈ ਵੀ ਮਗਰ ਕੱਟੀ ਆ ਬਾਈ ਕਹਿੰਦਾ, ਘਰ ਦੀ ਮੱਝ ਆ, ਚੌਥੇ ਸੂਏ ਸੂਈ ਹੋਈ ਆ, 11 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ, 17 ਕਿਲੋ ਕਹਿੰਦਾ ਤੀਜੇ ਸੂਏ ਦਿੱਤਾ ਗਏ ਨੇ, ਅਤੇ 17 ਕਿਲੋ ਬਾਈ ਚੌਕੇ ਲਿਜਾ ਸਕਦਾ ਕੋਈ? ਹਾਂ ਹਾਂ, ਲਿਜਾ ਸਕਦਾ ਬਾਈ। ਠੀਕ ਆ, ਲੈ ਵੀ ਬਾਈ ਕਹਿੰਦਾ 17 ਕਿਲੋ ਚੌਕੇ ਲਿਜਾ ਸਕਦਾ ਬੋਡੀ ਬੰਦ, ਤੁਸੀਂ ਦੇਖ ਸਕਦੇ ਹੋ। ਥਾਣਾ ਹਵਾਨਾ ਆਪਾਂ ਤੁਹਾਨੂੰ ਕਿਹੜਾ ਨੇੜਿਓਂ ਚੈੱਕ ਕਰਾਉਂਦੇ ਹਾਂ, ਦੇਖ ਸਕਦੇ ਹੋ ਤੁਸੀਂ ਨਾੜਾਂ ਨੂੜਾਂ ਪੂਰੀਆਂ ਵਧੀਆ ਗਿਆ। ਅਤੇ ਬਾਕੀ ਬਾਈ ਹੁਣ ਰੇਟ ਦੀ ਗੱਲ ਕਰੀਏ, ਰੇਟ ਕੀ ਕਰਤਾ ਇਹਦਾ? ਰੇਟ ਬਾਈ ਇਹਦਾ ਆਪਾਂ 1.75 ਕਰਦੇ ਹਾਂ। 1,75,000? ਠੀਕ ਆ, ਲੈਣ ਦੇਣ ਕਿੱਥੋਂ ਤੱਕ ਹੋਜੂ? ਲੈਣ ਦੇਣ ਬਾਈ ਮੌਕੇ 'ਤੇ ਆਪਾਂ ਕਰਦਾ, ਮੌਕੇ 'ਤੇ ਮਾਣ ਤਾਂ ਗੱਲਬਾਤ ਹੋਜੂ, ਹੈ ਨਾ, ਜੇ ਕੋਈ ਫੋਨ ਲਾਊਗਾ। ਲੈ ਵੀ ਦੋਸਤੋ, ਬਾਈ ਨਾਲ ਤੁਸੀਂ ਮੌਕੇ 'ਤੇ ਜਿਹੜੀ ਗੱਲਬਾਤ ਕਰ ਸਕਦੇ ਹੋਗੇ ਫੋਨ 'ਤੇ, ਅਤੇ ਰੇਟ ਤਾਂ ਬਾਕੀ ਇਹਦੇ ਮੰਡੀ ਦੇ ਹਿਸਾਬ ਨਾਲ ਬਾਈ ਕਹਿੰਦਾ ਮੰਗਣਾ ਪੈਂਦਾ, ਹੈ ਨਾ, ਵੀ 1,75,000 ਆ। ਫੋਨ 'ਤੇ ਤੁਸੀਂ ਗੱਲਬਾਤ ਕਰੋਗੇ ਜਦੋਂ ਤੁਹਾਨੂੰ ਘੱਟ ਵੱਧ ਰੇਟ ਨਾਲ ਮੱਝ ਮਿਲ ਸਕਦੀ ਆ, ਘਰ ਦੀ ਆ, ਬਾਕੀ ਦੇ ਪਲੀ ਪਲਾਈ ਆ, ਦੋ ਡੰਗ ਤਸੱਲੀ ਕਰਕੇ ਲਿਜਾ ਸਕਦਾ। 17 ਕਿਲੋ ਬਾਈ ਕਹਿੰਦਾ ਦੁੱਧ ਪਾ ਜਾਊਗੀ। ਨੰਬਰ ਬੋਲ ਦੇ ਬਾਈ ਆਪਣਾ ਇੱਕ ਵਾਰੀ। 99-699-0-16-33। 99-699-0-16-33। ਹਾਂਜੀ ਬਾਈ, ਠੀਕ ਆ। ਇਹ ਨੰਬਰ ਆ ਬਾਈ ਦਾ, ਪਿੰਡ ਕੋਟਲੀ ਖੁਰਦਾ, ਕੋਟਲੀ ਖੁਰਦਾ, ਮੌੜਾਂ ਤੋਂ 8 ਕਿਲੋਮੀਟਰ ਰਹਿ ਜਾਂਦਾ ਗਾ। ਜੇ ਕਿਸੇ ਭਰਾ ਨੇ ਆ ਮੱਝ ਲੈਣੀ ਹੋਈ, ਮਗਰ ਕੱਟੀ ਆ ਚੰਗੀ, ਆਹ ਦੇ ਸਕਦੇ ਹੋ, ਚੰਗਾ ਕੱਦ ਕਾਠ ਆ, 11 ਦਿਨ ਹੋ ਗਏ ਸੂਈ ਨੂੰ, ਤਾਂ ਬਾਈ ਨਾਲ ਤੁਸੀਂ ਸੰਪਰਕ ਕਰਕੇ ਜਿਹੜੀ ਆ ਮੱਝ ਖਰੀਦ ਸਕਦੇ ਹੋ। ਠੀਕ ਹੈ ਜੀ ਦੋਸਤੋ, ਸੁਣ ਇੱਕ ਆਪਾਂ ਦੂਜੇ ਸੂਏ ਘਰ ਦੀ ਝੋਟੀ ਤੋਰ ਕੇ ਦਿਖਾਉਣੇ ਆਗੇ। ਕੱਦ ਕਾਠ ਦੇਖੋ ਤੁਸੀਂ, ਝੋਟੀ ਦਾ ਬਹੁਤ ਡਬਲ ਆ, ਹੈ ਨਾ। ਬਾਕੀ ਇਹ ਤਾਜ਼ੀ ਸੂਈ ਹੋਈ ਆ, ਬਾਕੀ ਡਿਟੇਲ ਆਪਾਂ ਤੁਹਾਨੂੰ ਸਾਰੀ ਬਾਈ ਤੋਂ ਲੈ ਕੇ ਦਵਾਂ। ਥਣਾ ਦਾ ਗਾਇਬ ਗੂ ਦੇਖੋ ਤੁਸੀਂ, ਝੋਟੀ ਦਾ ਬਹੁਤ ਸੋਹਣਾ ਜਿਹੜਾ ਥਣਾ ਹਵਾਨਾ ਝੋਟੀ ਨੂੰ ਲੱਗਿਆ ਹੋਇਆ, ਬੋਡੀ ਬਾਂਤਰ ਦੀ ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣੀਆਂ, ਅਤੇ ਗਾਇਬ ਗੂ ਪੂਰਾ ਗਾ। ਬਾਕੀ ਵੱਡੀ ਗੱਲ ਘਰ ਦੀ ਆ ਗਈ, ਜੇ ਕਿਸੇ ਭਰਾ ਨੇ ਲੈਣੀ ਹੋਈ ਘਰ ਦੀ ਝੋਟੀ ਆ, ਪਲੀ ਪਲਾਈ ਜਮਾਂ, ਕੋਈ ਵਪਾਰ ਦਾ ਕੰਮ ਨਹੀਂ ਬਾਈ ਦਾ। ਬਾਕੀ ਤੁਸੀਂ ਬਾਈ ਨਾਲ ਸੰਪਰਕ ਨੰਬਰ ਆਪਾਂ ਤੁਹਾਨੂੰ ਲੈ ਦਿਆਂਗੇ, ਅਤੇ ਬਾਕੀ ਆ ਜੋ ਬਾਈ ਨਾਲ ਆਪਾਂ ਸਾਰੀ ਗੱਲਬਾਤ ਆ ਡਿਟੇਲ 'ਚ ਪੁੱਛਦੇ ਹਾਂ ਵੀ ਕੀ ਮਾਲ ਮੁੱਲ ਕਰਦਾ, ਕਿੰਨਾ ਦੁੱਧ ਹੈਗਾ, ਹੈ ਨਾ। ਚੰਗੀ ਆ ਝੋਟੀ, ਕੱਦ ਕਾਠ ਕਰਨੀ ਚੰਗੀ ਆ, ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ। ਬਾਕੀ ਆਪਾਂ ਬਾਈ ਨੂੰ ਪੁੱਛਦੇ ਹਾਂ ਵੀ ਕੀ ਮਾਲ ਮੁੱਲ ਕਰਦਾ, ਕਿੰਨਾ ਦੁੱਧ ਆ, ਨੰਬਰ ਤੁਹਾਨੂੰ ਲੈ ਕੇ ਦੇਵਾਂ। ਕੱਦ ਕਾਠ ਚੰਗਾ ਗਾ, ਥਾਣ ਹਵਾਨਾ ਤੁਸੀਂ ਇੱਧਰੋਂ ਸਾਈਡ ਤੋਂ ਜਿਹੜਾ ਦੇਖ ਸਕਦੇ ਹੋ, ਹੈ ਨਾ, ਵਧੀਆ ਥਾਣ ਹਵਾਨਾ ਲੱਗਿਆ ਹੋਇਆ, ਮੁੱਠੀ ਥਾਨ ਲੱਗੇ ਹੋਏ ਆ, ਗਾਇਬ ਗੂ ਵਧੀਆ ਸੋਹਣਾ। ਬਾਕੀ ਇਹਦੇ ਤਾਜ਼ੀ ਸੂਈ ਹੋਈ ਆ, ਬੱਚਾ ਤੁਸੀਂ ਦੇਖ ਸਕਦੇ ਹੋ। ਬਾਕੀ ਆ ਜੋ ਬਾਈ ਨਾਲ ਕਰਦੇ ਹਾਂ ਗੱਲਬਾਤ। ਬਾਈ ਸਤਿ ਸ਼੍ਰੀ ਅਕਾਲ, ਕੀ ਨਾਮ ਆ ਜੀ ਆਪਣਾ? ਕਿਹੜਾ ਪਿੰਡ ਆ ਬਾਈ? ਰੇਸਮ ਚੱਕ ਬਖਤੂ, ਜ਼ਿਲ੍ਹਾ ਬਠਿੰਡਾ। ਠੀਕ ਆ ਬਾਈ, ਆਪਣੀ ਘਰ ਦੀ ਮੱਝ ਆ ਇਹ?
ਕਿਵੇਂ ਸੂਏ ਸੂਈ ਆ? ਦੂਜੇ ਸੂਏ ਕਹਿ ਕੇ ਦਿਨੋਗੇ ਬਾਈ ਸੂਈ ਨੂੰ? ਚੌਥਾ ਦਿਨ ਹੀ ਆ ਹਜੇ। ਬੱਚਾ ਮਗਰ ਕੱਟੀ ਆ? ਮਗਰ ਕੱਟਾ ਗਾ, ਠੀਕ ਆ। ਲੈ ਵੀ ਮਗਰ ਕੱਟਾ ਬਾਈ, ਕਹਿੰਦਾ ਦੂਜੇ ਸੂਏ ਸੂਈ ਆ, ਚੌਥਾ ਦਿਨ ਆ ਹਜੇ। ਅਤੇ ਬਾਕੀ ਅੱਜ ਬਾਈ ਨੇ ਪਤਾ ਬਾਈ, ਦੁੱਧ ਦੀ ਗੱਲ ਕਰੀਏ, ਪਹਿਲੇ ਸੂਏ 11 ਲੀਟਰ, ਅਤੇ ਇਸ ਵਾਰ ਕੀ ਉਮੀਦ ਰਹੂ ਬਾਈ? 13-14 ਲੀਟਰ ਕਰ ਜੂ, ਠੀਕ ਆ। ਲੈ ਵੀ ਬਾਈ ਕਹਿੰਦਾ 13-14 ਲੀਟਰ ਦੁੱਧ ਕਰ ਜੂਗੀ, 11 ਲੀਟਰ ਪਹਿਲੇ ਸੂਏ ਦੁੱਧ ਹੁੰਦਾ ਗਾ, ਬਾਕੀ ਚੰਗੀ ਆ ਝੋਟੀ। ਬਾਈ ਥਣਾ ਥੁਣਾ ਦੀ ਕਿਵੇਂ? ਸਾਫ਼ ਆ, ਵਧੀਆ ਦੁੱਧ ਤਾਂ ਇੱਕੋ ਜਿਹਾ ਹੁੰਦਾ ਜਮਾਂ, ਠੀਕ ਆ। ਲੈ ਵੀ ਬਾਈ ਕਹਿੰਦਾ ਦੁੱਧ ਤਾਂ ਜਮਾਂ ਇੱਕੋ ਜਿਹਾ ਹੁੰਦਾ, ਥਣਾ ਦੀ ਤੁਸੀਂ ਦੇ ਸਕਦੇ ਹੋ ਨਾ, ਗਾਇਬ ਦੇਖੋ ਤੁਸੀਂ ਥਣਾ 'ਚੋਂ ਪੂਰਾ ਗਾ। ਅਤੇ ਬਾਕੀ ਦੇ ਬਣਨ ਵਾਲੀ ਝੋਟੀ ਹੈਗੀ, ਦੂਜੇ ਸੂਏ ਸੂਈ ਆ ਹਜੇ, ਚੌਥਾ ਦਿਨ ਆ, ਮਗਰ ਕੱਟਾ ਗਾ। ਅਤੇ ਬਾਕੀ ਬਾਈ ਰੇਟ ਦੀ ਗੱਲ ਕਰੀਏ, ਰੇਟ ਕੀ ਕਰ? 1.5 ਲੱਖ ਲੈਣ ਦੇਣ ਬਾਈ, ਮਾਣ ਤਾਣ ਹੋ ਜਾਓ। ਨੰਬਰ ਬੋਲਦੇ ਬਾਈ ਆਪਣਾ ਇੱਕ ਵਾਰੀ, 8190-9569 34528। ਲੈ ਵੀ ਇਹ ਬਾਈ ਦਾ ਨੰਬਰ ਆ, ਅਤੇ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ, ਫੋਨ 'ਤੇ ਜਿਹੜੀ ਬਾਈ ਨਾਲ ਗੱਲਬਾਤ ਆ, ਜਿਹੜੀ ਰੇਟ ਬਾਰੇ ਤੁਸੀਂ ਕਰ ਸਕਦੇ ਹੋ, ਕਿਉਂਕਿ ਜਿਹੜੇ ਰੇਟ ਮੰਡੀ 'ਤੇ ਬਾਈਆਂ ਨੂੰ ਕਰਨੇ ਪੈਂਦੇ ਹੈ ਨਾ। ਬਾਕੀ ਤੁਸੀਂ ਲੈਣੀ ਹੋਈ ਚਾਹ ਬਣ ਹੋਇਆ ਭਰਾਈ, ਤਾਂ ਬਾਈ ਨਾਲ ਸੰਪਰਕ ਕਰਕੇ, ਪਿੰਡ ਚੱਕ ਬਖਤੂਆ ਜ਼ਿਲ੍ਹਾ ਬਠਿੰਡਾ ਗਾ, ਤਾਂ ਘਰੋਂ ਤਸੱਲੀ ਕਰਕੇ ਬਾਈ ਜਿੰਨਾ ਦੁੱਧ ਆਖਦਾ ਗਾ, ਤਸੱਲੀ ਕਰਕੇ ਜਿਹੜਾ ਲਿਆ ਸਕਦੇ ਹੋ। ਅਤੇ ਰੇਟ 'ਤੇ ਫੋਨ 'ਤੇ ਤੁਸੀਂ ਗੱਲਬਾਤ ਕਰਕੇ ਬਾਈ ਨਾਲ ਸੰਪਰਕ ਕਰਕੇ ਜਿਹੜੇ ਘਰ ਜਾ ਕੇ ਜਿਹੜੀ ਮੱਝਾ ਆਹ ਝੋਟੀ ਖਰੀਦ ਸਕਦੇ ਹੋਗੇ, ਠੀਕ ਹੈ ਜੀ। ਲੈ ਵੀ ਦੋਸਤੋ ਅੱਜ ਦੀ ਮੰਡੀ ਦੇ ਵਿੱਚ ਇੰਨੇ ਹੀ, ਆਪਾਂ ਮਿਲਦੇ ਹਾਂ ਅਗਲੀ ਨਵੀਂ ਵੀਡੀਓ ਦੇ ਵਿੱਚ। ਅਤੇ ਜਿਹੜੇ ਭਰਾ ਚੈਨਲ 'ਤੇ ਪਹਿਲੀ ਵਾਰੀ ਜਾਂ ਆਪਣੀ ਵੀਡੀਓ ਦੇਖ ਰਿਹਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਠੀਕ ਹੈ ਜੀ। ਧੰਨਵਾਦ। ਅੱਜ ਮਰਾਮਪੁਰਾ ਮੰਡੀ ਦੇ ਕੁਝ ਕੁ ਤੁਹਾਨੂੰ ਆਪਾਂ ਪਸ਼ੂਆਂ ਦੀ ਡਿਟੇਲ ਲੈ ਕੇ ਦਿੱਤੀ ਆ, ਵੀ ਜਿਹੜੇ ਇੱਕ ਰੇਟ ਜਿਹੜੇ ਰਹੇ ਆ ਪਸ਼ੂ ਮੰਡੀ ਦੇ ਅੱਜ ਦੇ ਇਹ ਰਹੇ ਆ। ਅਤੇ ਬਾਕੀ ਇਹ ਗਾਹਕ ਜਿਹੜੇ ਅੱਜ ਬਹੁਤ ਘੱਟ ਪਹੁੰਚਿਆ ਮੰਡੀ 'ਤੇ, ਅਤੇ ਮੰਡੀ ਵਧੀਆ ਭਰੀ ਆ ਵੈਸੇ, ਠੀਕ ਹੈ ਜੀ। ਧੰਨਵਾਦ।